ਕਿ ਬੱਕਰਾ ਤੇ ਵੇਂਦਿਆਂ ਹੀ ਦੇਲ ਉੱਤੇ ਛਾ ਗਿਆ, ਲੰਘਦਿਆਂ ਮੰਡੀ ਚੋਂ ਪਸੰਦਿਆਂ ਮੈਂ ਆ ਗਿਆ। ਹਾਂ ਹਾਂ ਆਖਿਆ ਮੈਂ ਦਿਲਾ ਇਹੋ ਬੱਕਰਾ ਲੈ ਜਾਵਾਂਗੇ, ਰੱਜ ਰੱਜ ਈਦ ਉੱਤੇ ਸਾਰੇ ਜੀ ਖਾਵਾਂਗੇ। ਹਾਂ ਤੇ ਲੱਗਦਾ ਸੀ ਬੱਕਰਾ ਗੁਲਾਬ ਦਾ ਇਹ ਫੁੱਲ ਏ, ਲਾਗੇ ਹੋ ਕੇ ਪੁੱਛਿਆ ਮੈਂ ਕੀ ਇਹਦਾ ਮੁੱਲ ਏ। ਹਾਂ ਤੇ ਬੱਕਰੇ ਵਾਲਾ ਕਹਿੰਦਾ ਕਿ ਲਾਗੇ ਹੋ ਕੇ ਵੇਖ ਲਓ ਇਹ ਢੁੱਡ ਨਹੀਂ ਜੇ ਮਾਰਦਾ, ਮੇਰੀ ਜਾਨ ਤੁਹਾਡੇ ਲਈ ਸਿਰਫ 30,000 ਦਾ। ਤੇ ਲੈ ਕੇ ਬੱਕਰਾ ਜੇ ਘਰ ਤੁਸਾਂ ਖੜਨਾ ਏ, ਇਸ ਤੋਂ ਤੇ ਘੱਟ ਮੈਂ ਰੁਪਈਆ ਨਹੀਂ ਜੇ ਕਰਨਾ ਏ। ਤੇ ਮੈਂ ਆਖਿਆ ਹੋਣਾ ਉਹ ਰੱਬ ਜੋ ਚਾਹੇਗਾ ਮੂੰਹ ਮੰਗੀ ਕਿਹੜਾ ਤੈਨੂੰ ਮੌਤ ਫੜਾਵੇਗਾ। ਬੰਦੇ ਹੀ ਨੇ ਹੁੰਦੇ ਜਿਹੜੇ ਬੰਦਿਆਂ ਦੀ ਮੰਨਦੇ, ਥੋੜੇ ਜਿੰਨੇ ਘੱਟ ਕਰ ਸੌ ਹੀ ਤੂੰ ਭੰਨਦੇ। ਤੇ ਬੱਕਰੇ ਵਾਲਾ ਕਹਿਣ ਲੱਗਾ ਮੈਨੂੰ ਅੱਗੋਂ ਰੋ ਕੇ, ਗੱਲ ਸੁਣ ਮੇਰੀ ਬਹੂ ਨਿੱਕੀ ਜੀ ਖਲੋ ਕੇ ਦੱਸਾਂ ਤੁਹਾਨੂੰ ਬਹੂ ਜੀ ਮੈਂ ਗੱਲ ਕਿਹੜੀ ਕਿਹੜੀ ਏ, ਈਦ ਤੋਂ ਬਾਅਦ ਮੈਂ ਤੇ ਵਾਣੀ ਖੋਤਾ ਰੇੜੀ ਏ। ਸਾਹਮਣੇ ਉਹ ਵੇਖ ਲਓ ਜੋ ਸੜਕ ਤੇ ਖਲੋਤਾ ਜੇ, ਬੱਕਰਾ ਮੈਂ ਵੇਚ ਕੇ ਤੇ ਲੈਣਾ ਉਹ ਖੋਤਾ ਜੇ। ਖੋਤੇ ਵਾਲਾ ਆਪਣੀ ਉਹ ਗੱਲ ਤੋਂ ਨੀ ਹਰਦਾ, ਤੀਆਂ ਵਿੱਚੋਂ ਤਗਾ ਵੀ ਉਹ ਘੱਟ ਨਹੀਂ ਜੇ ਕਰਦਾ। ਤੇ ਤੁਹਾਡੇ ਨਾਲ ਬਹੂ ਜੀ ਜੋੜ ਕਾਹਦਾ ਸਾਡਾ ਜੇ, ਖੋਤਾ ਮੈਨੂੰ ਲੈ ਦਿਓ ਤੇ ਬੱਕਰਾ ਤੁਹਾਡਾ ਜੇ। ਵਾਹ ਵਾਹ।